ਤੁਸੀਂ ਵਿਆਹ ਤਾਂ ਬਹੁਤ ਦੇਖੇ ਹੋਣਗੇ, ਪਰ ਅੱਜ ਜੋ ਅਸੀਂ ਤੁਹਾਨੂੰ ਵਿਆਹ ਦਿਖਾਉਣ ਜਾ ਰਹੇ ਹਾਂ, ਅਜਿਹਾ ਵਿਆਹ ਨਾ ਤਾਂ ਤੁਸੀਂ ਪਹਿਲਾਂ ਕਦੀ ਦੇਖਿਆ ਹੋਵੇਗਾ ਅਤੇ ਨਾ ਹੀ ਸੁਣਿਆ। ਦਰਅਸਲ ਪ੍ਰਯਾਗਰਾਜ ਦੇ ਕੋਰਾਮ ਵਿਕਾਸ ਖੰਡ ਮੋਹਲੀ 'ਚ ਧੂਮਧਾਮ ਨਾਲ ਇੱਕ ਕੁੱਤੇ ਅਤੇ ਕੁੱਤੀ ਦਾ ਵਿਆਹ ਕਰਵਾਇਆ ਗਿਆ। ਵਿਆਹ 'ਚ ਸਾਰੇ ਇੰਤਜ਼ਾਮ ਸਨ ਅਤੇ ਪੂਰੇ ਰੀਤੀ ਰਿਵਾਜ਼ਾਂ ਨਾਲ ਦੋਹਾਂ ਦਾ ਵਿਆਹ ਕਰਵਾਇਆ ਗਿਆ। ਬਕਾਇਦਾ ਬੈਂਡ ਬਾਜੇ ਦੇ ਨਾਲ ਕੁੱਤੇ ਦੀ ਬਰਾਤ ਕੱਢੀ ਗਈ, ਜਿਸ 'ਚ ਕਰੀਬ 100 ਬਰਾਤੀ ਸ਼ਾਮਲ ਹੋਏ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗਾਜੇ ਤੇ ਬਾਜੇ ਨਾਲ ਬਰਾਤ ਕੱਢੀ ਗਈ। ਇਹਨਾਂ ਹੀ ਨਹੀਂ, ਬਰਾਤ ਕੱਢਣ ਤੋਂ ਪਹਿਲਾਂ ਲਾੜੇ ਨੂੰ ਨਵੇਂ ਕੱਪੜੇ ਪਹਿਨਾਏ ਗਏ ਅਤੇ ਨਾਲ ਹੀ ਸਿਹਰਾ ਬੰਨਿਆ ਗਿਆ। ਵਿਆਹ ਦੀਆਂ ਤਿਆਰੀਆਂ ਦੇਖ ਕੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਇਹ ਵਿਆਹ ਕਿਸੇ ਇਨਸਾਨ ਦਾ ਨਹੀਂ ਬਲਕਿ ਕੁੱਤੇ ਦਾ ਏ। ਉੱਥੇ ਖਾਣੇ ਦੇ ਸਮੇਂ ਦੂਲੇ ਰਾਜਾ ਯਾਨੀ ਕਿ ਕੁੱਤਾ ਨਾਰਾਜ਼ ਹੋ ਗਿਆ ਤਾਂ ਬਕਾਇਦਾ ਦੂਲੇ ਰਾਜਾ ਨੂੰ ਅੰਗੂਠੀ ਦੇ ਕੇ ਮਨਾਇਆ ਗਿਆ। ਜਿਸਦੇ ਬਾਅਦ ਦੂਲੇ ਰਾਜਾ ਮੰਨੇ ਤੇ ਦੋਵਾਂ ਨੇ ਇਕੱਠੇ ਖਾਣਾ ਵੀ ਖਾਧਾ। ਖਾਣਾ ਹੋਣ ਤੋਂ ਬਾਅਦ ਕੁੱਤਾ ਤੇ ਕੁੱਤੀ ਦਾ ਪੂਰੇ ਰੀਤੀ ਰਿਵਾਜ਼ਾਂ ਨਾਲ ਵਿਆਹ ਸੰਪੰਨ ਕਰਵਾਇਆ ਗਿਆ ਅਤੇ ਧੂਮਧਾਮ ਨਾਲ ਕੁੱਤੀ ਦੀ ਵਿਦਾਈ ਕੀਤੀ ਗਈ। ਕੁੱਤਾ ਕੁੱਤੀ ਦੇ ਵਿਆਹ ਬਾਰੇ ਜਿਸ ਨੇ ਵੀ ਸੁਣਿਆ ਉਹ ਹੈਰਾਨ ਰਹਿ ਗਿਆ। ਮੋਹਲੀ ਦੇ ਵਾਸੀਆਂ ਨੇ ਆਪਣੀ ਇਸ ਪਹਿਲ ਨਾਲ ਉਹਨਾਂ ਸਾਰੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਜੋ ਇਹਨਾਂ ਬੇਜ਼ੁਬਾਨ ਜਾਨਵਰਾਂ ਉੱਤੇ ਅਤਿਆਚਾਰ ਕਰਦੇ ਨੇ। ਉਮੀਦ ਹੈ ਕਿ ਇਹਨਾਂ ਲੋਕਾਂ ਦੀ ਪਹਿਲ ਨਾਲ ਦੂਸਰੇ ਲੋਕ ਵੀ ਸਬਕ ਲੈ ਸਕਣਗੇ ਤੇ ਉਹ ਵੀ ਬੇਜ਼ੁਬਾਨ ਜਾਨਵਰਾਂ ਨਾਲ ਵਧੀਆ ਵਿਵਹਾਰ ਕਰਨਗੇ। ਪ੍ਰਯਾਗਰਾਜ ਤੋਂ ਸੈਯਦ ਰਾਜਾ ਦੀ ਰਿਪੋਰਟ, ਜਗਬਾਣੀ ਟੀਵੀ।